ਇਹ ਚਿੜੀ ਦੀ ਚੁੰਝ ਇੱਕ ਪ੍ਰਾਚੀਨ ਖਿਡੌਣਾ ਹੈ। ਅੱਜ ਕੱਲ੍ਹ ਇਸ ਨੂੰ ਖਰੀਦਣਾ ਬਹੁਤ ਔਖਾ ਹੈ, ਪਰ ਤੁਸੀਂ ਇਸ ਨੂੰ ਆਪ ਬਣਾ ਸਕਦੇ ਹੋ। ਇਸ ਲਈ ਤੁਹਾਨੂੰ 2 ਕੈੜੀਆਂ ਸਟਰੋਜ਼ ਅਤੇ ਗੂੰਦ ਰੰਗਦਾਰ ਕਲਮ ਅਤੇ ਕਾਰਡ ਪੇਪਰ ਦੀ ਵਰਤੋਂ ਕਰਕੇ ਤੁਸੀਂ ਇਸ ਨੂੰ ਤਿਆਰ ਕਰ ਸਕਦੇ ਹੋ। ਤੁਸੀਂ 8 ਸੈਂਟੀਮੀਟਰ ਲੰਬੀ ਸਟਰੋ ਲਓ ਅਤੇ ਉਹਨਾਂ ਵਿੱਚ ਮੋਰੀਆਂ ਬਣਾਓ। ਇਹਨਾਂ ਵਿੱਚੋਂ ਪਿੰਸ ਨੂੰ ਦਾਖਲ ਕਰੋ। ਅਖੀਰ ਇੱਕ ਦੂਜੀ ਲੰਬੀ ਸਟਰੋ ਅਤੇ ਪਿੰਨ ਨਾਲ ਸਟਰੋ ਨਾਲ ਮੋਰੀ ਕਰੋ। ਆਇਤਾਕਾਰ ਬਣਾਉਣ ਲਈ ਇੱਕ ਛੋਟੀ ਸਟਰੋ ਉਹਨਾਂ ਵਿੱਚ ਦਾਖਲ ਕਰੋ। ਪਿੰਸ ਦੇ ਕੋਨਿਆਂ ਨੂੰ ਕੱਟੋ ਅਤੇ ਚਿੰਨ ਕੱਟੋ। ਇਹ ਇੱਕ ਹਿਲਦਾ ਫਰੇਮ ਹੈ। ਜਿਵੇਂ ਹੀ ਤੁਸੀਂ ਇਸ ਨੂੰ ਦਬਾਓਗੇ, ਆਇਤਾਕਾਰ ਸ਼ਕਲ ਸਮਾਂਤਰ ਚਤੁਰਭੁਜ ਜਾਂ ਸਕੁਆਇਰ ਵਿੱਚ ਬਦਲ ਜਾਵੇਗੀ। ਇਸ ਖਿਡੌਣੇ ਦੇ ਆਕਾਰ ਨੂੰ ਬਦਲਣ ਦੇ ਸਿਧਾਂਤ ਉੱਤੇ ਆਧਾਰਿਤ ਹੈ। ਛੋਟੀਆਂ ਸਟਰੋ ਨੂੰ ਲੰਬੀਆਂ ਸਟਰੋ ਦੇ ਵਿਚਕਾਰ ਚਿਪਕਾਉਣ ਦਾ ਪ੍ਰਯੋਗ ਕਰੋ। ਅੰਤ ਉੱਤੇ 2 ਛੋਟੇ ਪੰਛੀ ਜੋੜੋ, ਜੋ ਵਿਚਕਾਰ ਇੱਕ ਮੱਕੀ ਦਾ ਕਟੋਰਾ ਰੱਖੋ। ਇਹ ਖਿਡੌਣਾ ਤਿਆਰ ਹੈ। ਜਿਵੇਂ ਤੁਸੀਂ ਸਟਰੋ ਫਰੇਮ ਨੂੰ ਹਿਲਾਓਗੇ ਜਾਂ ਪੰਛੀ ਵਾਰੋ ਵਾਰੀ ਮੱਕੀ ਨੂੰ ਚੁੱਗੇਗਾ।